ਜਿਹਨਾਂ ਜੀ ਸਾਡੀ ਜੰਗ 'ਚ ਛੋਟੇ ਕਿਰਦਾਰ ਦੇ ਨਵਜੋਤ ਸਿੰਘ ਸਿੱਧੂ ਨੇ ਜਦੋਂ ਦੇ ਥਾਣੇਦਾਰਾਂ ਦੇ ਖਿਲਾਫ਼ ਬਿਆਨ ਦਿੱਤਾ ਜੀ, ਥਾਣੇਦਾਰ ਜਿਹੜੇ ਆ ਉਹ ਕੋਈ ਮਾਣਾ ਨਹੀਂ ਦਾ ਨੋਟਿਸ ਭੇਜ ਰਿਹਾ, ਕੋਈ ਫੇਸਬੁੱਕ 'ਤੇ ਪੋਸਟਾਂ ਪਾ ਰਿਹਾ, ਪਰ ਥਾਣੇਦਾਰਾਂ ਨੂੰ ਇਹੀ ਕਹਾਂਗੇ ਜੀ ਕਿ ਨਾਰਾਜ਼ ਨਾ ਹੋਵੋ, ਇਹ ਵਿਚਾਰਾ ਆਪ 3-4 ਸਾਲ ਤੁਹਾਡੇ ਹੀ ਡਰ ਤੋਂ ਘਰ ਬੈਠਾ ਰਿਹਾ ਡਾਈਪਰ ਪਾ ਕੇ, ਚਿੰਤਾ ਕਰਨ ਵਾਲੀ ਲੋੜ ਨਹੀਂ। ਪਰ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੇ ਕਲਾਈ ਖੋਲ੍ਹਤੀ ਨੌਕਰਸ਼ਾਹੀ ਦੀ, ਸੱਚਾਈ ਵੀ ਕੁਛ ਹੈਗੀ ਆ। ਨੌਕਰਸ਼ਾਹੀ ਜਿਹੜੀ ਆ ਉਹ ਸਿਆਸਤ ਦੇ ਹਮੇਸ਼ਾ ਥੱਲੇ ਆ। ਕਈ ਵਾਰੀ ਲੋਕ ਕਹਿੰਦੇ ਜੀ ਕਿ ਪੁਲਿਸ ਪ੍ਰਸ਼ਾਸਨ ਦੇ ਬਾਰੇ ਜਾਂ ਪ੍ਰਸ਼ਾਸਨ ਨੂੰ ਉਨਾ ਆੜੇ ਹੱਥ ਨਹੀਂ ਲੈਂਦੇ, ਕਰੀਏ ਕੀ? ਸਾਨੂੰ ਪਤਾ ਕਿ ਸਾਡੇ ਜਿਹੜੇ ਮੰਤਰੀ ਸੰਤਰੀ ਜਿਹੜੇ MLA ਨੇ ਉਹਨਾਂ ਦੇ ਥੱਲੇ ਹੀ ਪ੍ਰਸ਼ਾਸਨ ਆਉਂਦਾ। 5 ਸਾਲ ਜਿਹਦੇ ਕੋਲ ਰਾਜ ਹੈਗਾ, ਜਿਹੜੇ ਕੋਲ ਅਥੋਰਟੀ ਹੈਗੀ ਆ, ਉਹ ਸ਼ਾਸਨ ਪ੍ਰਸ਼ਾਸਨ ਨੂੰ ਆਪਣੇ ਹਿਸਾਬ ਨਾਲ ਚਲਾਉਂਦੇ ਆ। ਇਹ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ। ਇੱਕ ਸਾਬਕਾ ਪੁਲਿਸ ਅਫਸਰ ਜਿਹੜਾ ਵਾ ਉਹ ਅੰਮ੍ਰਿਤਸਰ ਤੋਂ ਇਲੈਕਸ਼ਨ ਲੜਨਾ ਚਾਹੁੰਦਾ, ਲੜ ਵੀ ਰਿਹਾ। ਹੁਣ ਉਹਨੂੰ ਕਿਸੇ ਪਾਰਟੀ ਦੇ ਕਾਰਕੁਨ ਨੇ ਪੁੱਛਿਆ ਕਿ ਜਨਾਬ ਸਾਹਿਬ ਬਹਾਦਰ, ਛੋਟੀ ਜਿਹੀ ਲਾਲਟੈਨ ਜੀ, ਤੁਸੀਂ ਇੰਨੇ ਵਧੀਆ ਅਫਸਰ ਸੀ, ਵੱਡੇ ਇਮਾਨਦਾਰੀ ਦੇ ਮਿਸਾਲ ਸੀ, ਵਧੀਆ ਤੁਹਾਡਾ ਚੱਲ ਰਿਹਾ ਸੀ ਕਰੀਅਰ, ਕੀ ਲੋੜ ਪਈ ਸੀ ਸਿਆਸਤ 'ਚ ਆਉਣ ਦੀ? ਅੱਗੋਂ ਉਹ ਕਹਿੰਦਾ ਜੀ ਕਿ ਸਿਆਸਤ 'ਚ ਆਉਣਾ ਮਜਬੂਰੀ, ਉਹਦਾ ਕਾਰਨ ਕਿ ਉਹ ਕਹਿੰਦੇ ਜੀ ਮੇਰੀ ਇੰਨਾ ਵੀ ਲੈਵਲ ਨਹੀਂ ਸੀ, ਜਾਂ ਨੌਕਰਸ਼ਾਹੀ 'ਚ ਪੁਲਿਸ ਅਫਸਰਾਂ ਦਾ ਜਾਂ ਕਿਸੇ ਹੋਰ ਵੱਡੇ ਅਫਸਰਾਂ ਦਾ, ਪ੍ਰਸ਼ਾਸਨਿਕ ਅਫਸਰਾਂ ਦਾ ਬਿਨਾਂ MLA ਤੋਂ ਇੰਨਾ ਲੈਵਲ ਵੀ ਨਹੀਂ ਹੈਗਾ ਕਿ ਕਿਸੇ ਇਲਾਕੇ ਦਾ SHO ਚੇਂਜ ਕਰ ਲੈਣ। ਦੇਖੋ ਇਹ ਬਿਆਨ 'ਚ ਕਿੰਨੀ ਸੱਚਾਈ ਆ, ਕਿੰਨੀ ਹਕੀਕਤ ਹੈ, ਪਰ ਆਪਾਂ ਸਮਝਦੇ ਹਾਂ ਕਿ ਕਾਫੀ ਨੇੜੇ ਆ ਸੱਚਾਈ ਦੇ। ਹਮੇਸ਼ਾ ਹੀ ਪ੍ਰਸ਼ਾਸਨ ਜਿਹੜਾ ਵਾ ਉਹ ਜਿਹੜੀ ਮੌਕੇ ਦੀ ਮੌਜੂਦਾ ਸਰਕਾਰ ਹੈਗੀ ਆ ਉਹਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ। MLA ਮੰਤਰੀ ਜਿਹੜੇ ਉਹ ਆਪਣੇ ਹਿਸਾਬ ਨਾਲ ਡਿਕਟੇਟ ਕਰਦੇ ਆ। 10 ਸਾਲ ਦੇ ਅਕਾਲੀਆਂ ਦੇ ਰਾਜ 'ਚ ਤਾਂ 5 ਸਰਪੰਚ ਡਿਕਟੇਟ ਕਰਦੇ ਹੁੰਦੇ ਸੀ ਜੀ DSP ਨੂੰ, ਇਹ ਹਾਲ ਸੀ। ਸੱਚਾਈ ਹੈ ਜੀ ਨੌਕਰਸ਼ਾਹੀ ਦੀ ਪੋਲ ਨਾਲ ਖੁੱਲ੍ਹੀ ਹੈ, ਪਰ ਨੌਕਰਸ਼ਾਹੀ ਦੀ ਪੋਲ ਲਈ ਕਰ ਕੀ ਸਕਦੇ ਹਾਂ? ਜਿੰਨੀ ਦੇਰ ਨੌਕਰਸ਼ਾਹੀ ਨੂੰ ਇੰਡੀਪੈਂਡੈਂਟ ਨਹੀਂ ਕੀਤਾ ਜਾਂਦਾ, ਪੁਲਿਸ ਪ੍ਰਸ਼ਾਸਨ, ਪੁਲਿਸ ਸੁਧਾਰ ਨਹੀਂ ਲਿਆਏ ਜਾਂਦੇ, ਪ੍ਰਸ਼ਾਸਨਿਕ ਸੁਧਾਰ ਨਹੀਂ ਲਿਆਏ ਜਾਂਦੇ, ਪੁਲਿਸ ਨੂੰ ਚੰਡੀਗੜ੍ਹ ਵਾਂਗ, ਯੂਨੀਅਨ ਟੈਰੀਟਰੀਆਂ ਵਾਂਗ ਬਾਹਰ ਨਹੀਂ ਕੱਢਿਆ ਜਾਂਦਾ ਮੌਕੇ ਦੀ ਰੂਲਿੰਗ ਪਾਰਟੀਆਂ ਤੋਂ, ਉਨੀ ਦੇਰ ਕੋਈ ਸੁਧਾਰ ਹੋ ਨਹੀਂ ਸਕਦਾ। ਜਦੋਂ ASI SHO ਨੂੰ ਪਤਾ ਹੈਗਾ, DSP ਨੂੰ ਪਤਾ ਹੈਗਾ, SP ਨੂੰ ਪਤਾ ਹੈਗਾ ਕਿ ਮੌਕੇ ਦੇ MLA ਨੇ ਪਤਾ ਨਹੀਂ ਕਿੱਥੇ ਸੁੱਟ ਦੇਣਾ, ਮੌਕੇ ਦੇ ਮੰਤਰੀ ਨੇ ਪਤਾ ਨਹੀਂ ਇਹਨੂੰ ਅੰਮ੍ਰਿਤਸਰ ਤੋਂ ਮੰਗਲ ਗ੍ਰਹਿ 'ਤੇ ਇੰਨਾ ਸੁੱਟ ਦੇਵੇ, ਤਾਂ ਕਿਹੜੇ ਹਿਸਾਬ ਨਾਲ ਕੰਮ ਕਰੇਗਾ ਕੋਈ? ਦੇਖੋ ਉਦਾਹਰਨ ਦੇ ਰਹੇ ਅੰਮ੍ਰਿਤਸਰ ਦੀ, ਪਰ ਇਹ ਪੂਰੇ ਮੁਲਕ 'ਚ ਹੀ ਸੱਚਾਈ ਹੈਗੀ ਹੈ। ਬੋਲੀਵੁੱਡ ਫਿਲਮ 'ਚ ਜਾਂ ਸਿੰਘਮ ਦੇ ਕਿਰਦਾਰ ਚੰਗੇ ਲੱਗਦੇ ਆ, ਜ਼ਮੀਨੀ ਪੱਧਰ 'ਤੇ ਸਿੰਘਮ ਜਿਹੜਾ ਵਾ ਇੱਕ ਪਾਸੇ ਕੰਮ ਕਰ ਰਿਹਾ ਹੁੰਦਾ, ਦੂਜੇ ਪਾਸੇ ਕਿਸੇ ਹੋਰ ਲਈ ਭੁਗਤ ਰਿਹਾ ਹੁੰਦਾ, ਜੋ ਸੱਚ ਸੱਚਾਈ ਹੈਗੀ ਹੈ। ਅੰਮ੍ਰਿਤਸਰ 'ਚ ਦੇਖ ਲਓ ਕਿੰਨੇ ਕੁ ਸਿੰਘਮ ਹੈਗੇ ਆ, ਕਿਹੜੇ ਇਲਾਕੇ 'ਚ ਸ਼ਰਾਬ ਨਹੀਂ ਵਿਕ ਰਹੀ ਸਿੰਥੈਟਿਕ ਕੈਮੀਕਲ, ਕਿਹੜੇ ਇਲਾਕੇ 'ਚ ਸੱਟਾਂ ਨਹੀਂ ਚੱਲ ਰਿਹਾ, ਦੜਾ ਸੱਟਾਂ ਹਰ ਜਗ੍ਹਾ ਚੱਲ ਰਿਹਾ ਔਰ ਹਰ ਜਗ੍ਹਾ ਕਮਜ਼ੋਰ ਮਰ ਰਿਹਾ। ਪਰ ਨਾਲ ਇਹ ਵੀ ਕਹਾਂਗੇ ਥਾਣੇਦਾਰਾਂ ਨੂੰ ਇੰਨਾ ਗੁੱਸਾ ਨਾ ਕਰੋ, ਕੁਛ ਸੱਚਾਈ ਵੀ ਹੈ। ਅੱਜ ਇਹ ਲੋਕ ਬੋਲ ਕਿਉਂ ਰਹੇ ਨੇ? ਇਹ ਤੁਹਾਡੇ ਕਰਕੇ, ਤੁਸੀਂ ਇਹਨਾਂ ਨੂੰ ਬੋਲਣ ਦਿੱਤਾ, ਠੀਕ ਹੈ ਜੀ? ਆਪਣੀ ਜੇ ਰੀੜ੍ਹ ਦੀ ਹੱਡੀ ਵਿਖਾਈ ਹੁੰਦੀ ਚੱਜ ਦੇ ਨਾਲ, ਸਿਕਿਉਰਟੀਆਂ ਇਹਨਾਂ ਸਿਆਸੀ ਜੌਂਕਾਂ ਨੂੰ ਤੁਸੀਂ ਹੀ ਦਿੰਦੇ ਜੀ, ਥੋੜ੍ਹਾ ਡਰ ਤਾਂ ਚਾਹੀਦਾ ਨਾ ਜੀ। ਜੰਗ ਜਾਰੀ ਰਹੂਗੀ ਵੱਡੇ ਪੱਧਰ 'ਤੇ। ਤੁਹਾਨੂੰ